ਤੁਸੀਂ ਦੱਸੋ ਕਦੀ ਤੁਹਾਡੇ ਫੈਨ ਨੇ ਕੋਈ ਤੁਹਾਨੂੰ ਐਸਾ ਕਮੈਂਟ ਕੀਤਾ ਹੋਏ ਕਿ ਜਿਹੜਾ ਤੁਹਾਨੂੰ ਸੁਣ ਕੇ ਬੜੀ ਹਸੀ ਆਈ ਹੋਏ ਤੇ ਅੱਜ ਵੀ ਤੁਹਾਨੂੰ ਬੜੀ ਹਸੀ ਆਉਂਦੀ ਹੈ ਜਦੋਂ ਵੀ ਉਹ ਯਾਦ ਆਉਂਦਾ। ਅੱਛਾ ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ ਨਾ, ਤੇ ਮੇਰਾ ਜੀਜਾ ਹੈਗਾ ਵਾ ਆਪਣਾ ਰਹਿੰਦਾ ਹੈਗਾ ਕੈਨੇਡਾ ਰਹਿੰਦਾ ਹੈਗਾ, ਤੇ ਕਿੰਨੇ ਲੋਕਾਂ ਨੇ ਸੌਵਾਂ ਦੇ ਹਿਸਾਬ ਨਾਲ ਕਮੈਂਟ ਕੀਤਾ ਵੈਰੀ ਨਾਈਸ ਵੈਰੀ ਸਾਰ ਯੇ ਵੋ ਲਿਖਿਆ ਹੁੰਦਾ ਨਾ, ਤੇ ਉਹਨੇ 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 ਮੈਸੇਜ ਪਾਉਣਾ ਹੁੰਦਾ ਥੱਲੇ ਲਿਖ ਕੇ ਚੱਕ ਰੱਖ ਸਾਲਾ ਸਾਹਿਬ, ਤੇ ਮੈਨੂੰ ਹੱਸ ਆ ਜਾਂਦਾ ਉਹ ਉਹਦੇ ਉੱਤੇ ਮੈਨੂੰ ਮੈਸੇਜ ਪਾਉਂਦਾ ਧੰਨਵਾਦ ਜੀਜਾ ਜੀ ਤੁਹਾਡਾ। ਇਹ ਕਮੈਂਟ ਮੈਨੂੰ ਵਧੀਆ ਲੱਗਦਾ ਹਰ ਮੇਰੀ ਪੋਸਟ ਤੇ ਪਾ ਜਾਂਦਾ ਚੱਕ ਰੱਖ ਫੱਟੇ ਸਾਲਾ ਸਾਹਿਬ। ਹਾਂਜੀ ਅਜੀਤ ਜੀਜਾ ਕੈਨੇਡਾ ਰਹਿੰਦਾ ਹੈਗਾ, ਮੇਰੀ ਮੇਰੀ ਭੈਣ ਜੀ ਹੈਗੇ ਨੇ ਉਹਨਾਂ ਦੇ ਕਾਰਨ, ਉਹ ਜਦੋਂ ਮੈਨੂੰ ਸਾਲਾ ਸਾਹਿਬ ਲਿਖਦੇ ਨਾ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ। ਸਹੀ ਹੈ, ਤੇ ਨਾਲ ਨਾਲ ਤੁਸੀਂ ਘਰ ਦੀ ਮਾਰਕੀਟਿੰਗ ਵੀ ਕਰ ਰਹੇ ਹੋ ਨਾ, ਉਹ ਕਿਹੜਾ ਕਹਿੰਦਾ ਵਾ ਉਗੜਾ ਕੰਦਾ। ਅੱਛਾ ਇਹ ਦੱਸੋ ਕਿ ਕਾਫੀ ਸਾਰੇ ਤੁਹਾਨੂੰ ਗਿਫਟ ਵੀ ਮਿਲੇ ਆਉਂਦੇ ਤੁਹਾਡੇ ਫੈਨਸ ਦੀ ਤਰਫ ਤੇ, ਕੋਈ ਐਸਾ ਤੋਹਫਾ ਜਿਹੜਾ ਤੁਹਾਡੇ ਘਰ ਆਇਆ ਹੋਏ ਔਰ ਤੁਹਾਡੇ ਫੈਨ ਨੇ ਤੁਹਾਨੂੰ ਮਜ਼ਾਕ ਕੀਤਾ ਹੋਏ, ਯਾਦ ਆਉਂਦਾ ਐਸਾ ਤੋਹਫਾ? ਅਜੇ ਤਾਂ ਸੱਚੇ ਪਾਤਸ਼ਾਹ ਦੀ ਮਿਹਰ ਨੇ, ਅੱਲਾਹ ਤਾਲਾ ਦਾ ਇਹਸਾਨ ਹੈ ਕਿ ਜਿੰਨੇ ਵੀ ਮੈਂ ਅਚੀਵਮੈਂਟਸ ਕੀਤੀਆਂ ਹੈਗੀਆਂ ਨੇ ਮੇਰੇ ਘਰ ਦੇ ਵਿੱਚ, ਮੈਂ ਝੂਠ ਨਹੀਂ ਬੋਲਦਾ ਔਰ ਨਾਜ ਸਿੰਘ ਝੂਠ ਬੋਲਦੇ ਹੈਗੇ ਆ, ਮੇਰੇ ਘਰ ਇੰਨੇ ਕੁ ਅਵਾਰਡ ਨੇ ਸਾਡੇ ਪਾਕਿਸਤਾਨ ਦੀ ਆਰਮੀ ਨੇ ਮੈਨੂੰ ਦਿੱਤੇ ਆ, ਫਿਰ ਸਾਡੇ ਪਾਕਿਸਤਾਨ ਦੀ ਮੁਖਤਲਿਫ ਐਨ ਜੀ ਓਜ਼ ਫਾਊਂਡੇਸ਼ਨ ਜਿੱਥੇ ਜਿੱਥੇ ਮੈਂ ਕੌਂਸਲਟ ਕਾਲਜਿਸ ਯੂਨੀਵਰਸਿਟੀਜ਼, ਇੰਨੇ ਕੁ ਅਵਾਰਡ ਆ ਸੌਵਾਂ ਦੀ ਤਾਦਾਦ ਚ ਨਹੀਂ ਹਜ਼ਾਰਾਂ ਦੀ ਤਾਦਾਦ ਚ ਆ, ਮੇਰੇ ਘਰ ਥਾਂ ਕੋ ਨਹੀਂ, ਜਿੰਨੇ ਕੁ 500-600 ਲੱਗ ਗਿਆ ਅਵਾਰਡ ਠੀਕ ਆ, ਤੇ ਬਾਕੀ ਪੈਕ ਕਰਕੇ ਰੱਖੇ ਹੋਏ ਆ, ਮਤਲਬ ਇੰਨੇ ਜ਼ਿਆਦਾ ਹੈਗੇ ਆ। ਅੱਛਾ ਇਹ ਦੱਸੋ ਕਦੀ ਉਹ ਕਹਿੰਦੇ ਨੇ ਕਿ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ, ਤੁਹਾਡੀ ਬੇਗਮ ਨੇ ਕਦੀ ਤੁਹਾਨੂੰ ਕਿਹਾ ਕਿ ਜੱਸੀ ਸਿੰਘ ਲਾਇਪੂਰੀਆ ਬਾਹਰ ਹੋਇਆ ਨਾ ਘਰ ਤੋਂ, ਉਹ ਹੀ ਹੈ ਕੀ ਹੈ, ਰੋਜ਼ ਝਾੜਾਂ ਪੈਂਦੀਆਂ, ਮੈਂ ਵੀ ਏਡਾ ਢੀਠ ਹੈ ਤੇਰੋਂ ਸੁਣਦਾ ਰਹਿੰਦਾ, ਤੇਰੋਂ ਕੱਢਦਾ ਰਹਿੰਦਾ, ਵੱਡਾ ਸੈਲੀਬ੍ਰਿਟੀ ਉਹਦਾ ਚੱਤੇ ਪੈਰ ਪਾਰਾ ਹੀ ਤਾਂ ਚੜ੍ਹਦਾ ਚੜ੍ਹਦੀ ਕਲਾ ਚ ਰਹਿੰਦਾ, ਲੇਕਿਨ ਫੇਰ ਵੀ ਮੈਂ ਸਤਿਕਾਰ ਕਰਦਾ ਮੇਰੇ ਬੱਚਿਆਂ ਦੀ ਮਾਂ ਹੈਗੀ। ਕਿਹੜੀ ਪਾਰਟੀ ਚਾਹੋ, ਤਹਿਰੀਕ ਇਨਸਾਫ, ਪੀਪਲਸ ਪਾਰਟੀ ਜਾਂ ਮੁਸਲਿਮ ਲੀਗ? ਨੋ ਕਮੈਂਟ। ਕਿਉਂ? ਰਾਜਨੀਤੀ ਵਧੀਆ ਨੀ ਲੱਗਦੀ ਹੈਗੀ। ਅਗਰ ਕਦੀ ਤੁਹਾਨੂੰ ਆਫਰ ਆਏ ਕਿ ਖਾਲਿਸਤਾਨ ਤਹਿਰੀਕ ਚ ਤੁਹਾਨੂੰ ਕੋਈ ਅਹੁਦਾ ਮਿਲ ਜਾਂਦਾ? ਮੈਂ ਆਪਣੇ ਖਾਲਿਸਤਾਨ ਲਈ ਲੜੂੰਗਾ ਵੀ ਔਰ ਮਰੂੰਗਾ ਵੀ, ਔਰ ਮੈਨੂੰ ਬੜਾ ਚੰਗਾ ਲੱਗੇਗਾ ਜਦੋਂ ਮੈਂ ਸ਼ਹੀਦ ਹੋਵਾਂਗਾ ਆਪਣੇ ਧਰਮ ਲਈ, ਆਪਣੇ ਗੁਰੂ ਸਾਹਿਬਾਨ ਲਈ, ਔਰ ਮੈਂ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲੇ ਬਹੁਤ ਰਿਸਪੈਕਟ ਕਰਦੇ ਹੈਗਾ ਵਾ, ਆਪਣੇ ਗੁਰੂ ਸਾਹਿਬਾਨ ਦੀ ਬਹੁਤ ਰਿਸਪੈਕਟ ਕਰਦਾ ਹੈਗਾ ਵਾ। ਅੱਜ ਕੱਲ੍ਹ ਮੁੰਡਾ ਸਾਡਾ ਇੱਕ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈਗਾ ਅੰਮ੍ਰਿਤਪਾਲ ਸਿੰਘ ਜੀ, ਮੈਂ ਉਮਰ ਤੋਂ ਬਹੁਤ ਛੋਟਾ ਹੋਏਗਾ, ਸ਼ਾਇਦ ਮੇਰੇ ਪੁੱਤਰ ਜਿੰਨੀ ਉਹਦੀ ਉਮਰ ਹੋਏਗੀ, ਅੰਮ੍ਰਿਤਪਾਲ ਸਿੰਘ ਜੀ ਉਹ ਇੰਨਾ ਕੁ ਸੋਹਣਾ ਪੰਜਾਬ ਦੇ ਵਿੱਚ ਕੰਮ ਕਰਨ ਡੇ ਨੇ ਕਿ ਅੰਮ੍ਰਿਤ ਦੀ ਦਾਤ ਲੋਕਾਂ ਨੂੰ ਦੇਣ ਡੇ ਹੈਗੇ ਨੇ, ਜਿਹੜੀ ਗੁਰੂ ਸਾਹਿਬਾਨ ਵੱਲੋਂ ਦਾਤ ਹੈ, ਲੋਕੀ ਨਸ਼ੇ ਛੱਡ ਕੇ ਸ਼ਰਾਬਾਂ ਛੱਡ ਕੇ ਚਿੱਟਾ ਜਿਹਨੂੰ ਆਪਾਂ ਕਹਿੰਦੇ ਹਾਂ ਪਾਊਡਰ ਛੱਡ ਕੇ ਵਟ ਐਵਰ ਕੋਈ ਵੀ ਨਸ਼ਾ ਹੋਵੇ ਛੱਡ ਕੇ ਉਹ ਗੁਰੂ ਵਾਲੇ ਪਾਸੇ ਲਾਉਣ ਡਿਆ ਹੈਗਾ, ਲੋਕਾਂ ਨੂੰ ਅੰਮ੍ਰਿਤ ਦੀ ਦਾਤ ਛਕਾ ਰਿਹਾ ਹੈ, ਤੇ ਲੋਕਾਂ ਨੂੰ ਆਪਣਾ ਕੇਸ ਜਿਹੜੇ ਮੋਨੇ ਕਲੀਨ ਸ਼ੇਵ ਸਿੰਘ ਹੁੰਦੇ ਆ ਉਹਨਾਂ ਨੂੰ ਕੇਸ ਰਹਾ ਰਿਹਾ, ਯਾਨੀ ਪੂਰੀ ਰਹਿਤ ਮਰਿਆਦਾ ਚ ਚੱਲਣ ਡਿਆ ਹੈਗਾ ਵਾ, ਔਰ ਮੇਰੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਅੰਮ੍ਰਿਤਪਾਲ ਸਿੰਘ ਨੂੰ ਚੜ੍ਹਦੀ ਕਲਾ ਜਾ ਕੇ। ਅੱਛਾ ਕਿਸਾਨ ਅੰਦੋਲਨ ਜਦੋਂ ਹੋਇਆ ਹੈ, ਹਾਂ ਉਹਨੂੰ ਕੀ ਕਹਿੰਦੇ ਨੇ? ਅੰਦੋਲਨ ਤਹਿਰੀਕ ਚੱਲੀ ਜੀ, ਮੈਂ ਕਹਿ ਸਕਦੀ ਹਾਂ ਅੰਦੋਲਨ, ਕਿਸਾਨ ਅੰਦੋਲਨ ਹੋਇਆ ਜਦੋਂ, ਅੰਦੋਲਨ ਕਿਸਾਨ ਅੰਦੋਲਨ ਅੰਦੋਲਨ ਓਕੇ
ਅੱਛਾ ਉਹ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਤੇ ਤੁਸੀਂ ਉਦੋਂ ਚੜ੍ਹਦਾ ਪੰਜਾਬ ਇਹ ਗਾਣਾ ਵੀ ਗਾਇਆ, ਉਹ ਕੀ ਤੁਸੀਂ ਲਿਰਿਕ ਸਾਰੇ ਖੁਦ ਲਿਖੇ ਗਏ ਜਾਂ ਅੰਦਰ ਦੇ ਜਜ਼ਬਾਤ? ਨਹੀਂ, ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈਗੀ, ਮੈਂ ਥੋੜ੍ਹਾ ਜਿਹਾ ਸੀਰੀਅਸ ਗੱਲ ਕਰਦਾ, ਹਾਸ ਖੇਡ ਬੋਲ ਲਿਆ ਹੈਗਾ। ਦੇਖੋ ਹਰ ਕਿਸੇ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ, ਹਰ ਕਿਸੇ ਨੂੰ ਆਪਣਾ ਰਿਲੀਜਨ ਨਾਲ ਪਿਆਰ ਹੁੰਦਾ ਵੇ। ਐਕਚੁਅਲੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈਗੀ, ਬਿਲਕੁਲ ਸਾਡਾ ਕਿਸੇ ਹਿੰਦੂ ਦੇ ਨਾਲ ਵੈਰ ਨਹੀਂ ਹੈਗਾ। ਹਿੰਦੂ ਸਾਡੇ ਭਰਾ ਨੇ, ਅਸੀਂ ਦੀਵਾਨ ਟੁੱਡਰ ਮੱਲ ਨੂੰ ਪੁੱਛ ਸਕਦੇ ਹਾਂ, ਅਸੀਂ ਨਬੀ ਖਾਂ ਗਨੀ ਖਾਂ ਨੂੰ ਨਹੀਂ ਪੁੱਛ ਸਕਦੇ ਕਿ ਨਬੀ ਖਾਂ ਗਨੀ ਖਾਂ ਉਹ ਮੁਸਲਮਾਨ ਹੋਏ ਨੇ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਬੇਪਰਵਾਹ ਕਰਦੇ ਆ, ਆਪਣੀ ਜ਼ਿੰਦਗੀ ਮੌਤ ਦੀ ਪਰਵਾਹ ਕਰਦੇ ਆ, ਗੁਰੂ ਸਾਹਿਬਾਨ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸਾ, ਔਰ ਗੁਰੂ ਸਾਹਿਬ ਨੇ ਉਹਨਾਂ ਦੇ ਬਾਰੇ ਚ ਲਿਖਿਆ ਸੀ, ਮਤਲਬ ਹੁਕਮਨਾਮਾ ਜਾਰੀ ਕੀਤਾ ਹੈਗਾ ਸੀ ਕਿ ਇਹ ਮੇਰੇ ਫਰਜ਼ੰਦ ਨੇ, ਠੀਕ ਹੈ ਨਾ। ਉਹ ਮੁਸਲਮਾਨ ਸੀ ਤੇ ਇੱਕ ਪਾਸੇ ਦੀਵਾਨ ਟੁੱਡਰ ਮੱਲ ਦੀ ਗੱਲ ਕਰਦਾ ਮੈਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਸ਼ਹਾਦਤ ਦਾ ਹੈਗਾ ਸੀ ਤੇ ਅਸ਼ਰਫੀਆਂ ਉਹਨਾਂ ਨੇ ਰੱਖੀਆਂ ਹੈਗੀਆਂ ਸੀ। ਸਾਡਾ ਹਿੰਦੂ ਨਾਲ ਵੈਰ ਨਹੀਂ, ਨਾ ਸਾਡਾ ਕ੍ਰਿਸਚਨ ਨਾਲ ਵੈਰ ਹੈਗਾ, ਨਾ ਸਾਡਾ ਸਿੱਖ ਨਾਲ ਵੈਰ ਹੈਗਾ, ਨਾ ਮੁਸਲਮਾਨ ਨਾਲ ਵੈਰ ਹੈਗਾ। ਅਸੀਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਚੱਲਦੇ ਹਾਂ, ਸਰਬੱਤ ਦਾ ਪੜਾ, ਯਾਨੀ ਪੂਰੀ ਦੁਨੀਆਂ ਵਾਸਤੇ ਅਰਦਾਸ ਕਰਦੇ ਹਾਂ ਕਿ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਮਾਨਸ ਕੀ ਜ਼ਾਤ ਸਭੇ ਏਕ ਪਹਿਚਾਨ ਲੋ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਰਾਈਟ ਨਾ। ਅਸੀਂ ਦੁਸ਼ਟਾਂ ਦੇ ਖਿਲਾਫ਼ ਹੈਗੇ ਹਾਂ, ਦੁਸ਼ਟ ਕਹਿੰਦੇ ਆ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ, ਜਿਹੜੇ ਕਿਸੇ ਦੇ ਧਰਮ ਨੂੰ ਬੁਰਾ ਕਹਿੰਦੇ ਨੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ, ਅਸੀਂ ਫਿਰ ਉਹਨਾਂ ਦੇ ਖਿਲਾਫ਼ ਮਤਲਬ ਕਿ ਉਹ ਕਰਦੇ ਹੈਗੇ ਆ ਕਿ ਇਹ ਨਹੀਂ ਕਰਨਾ ਚਾਹੀਦਾ। ਬੱਬਰ ਅਕਾਲੀ ਤੋਂ ਬਹੁਤ ਮੁਤਾਸਰ ਹੈਗਾ ਵਾ ਜਿਹੜੀ ਜਥੇਬੰਦੀ ਹੈਗੀ ਸੀ, ਔਰ ਫਿਰ ਮੈਂ ਗਦਰੀ ਬਾਬਿਆਂ ਤੋਂ ਬਹੁਤ ਜ਼ਿਆਦਾ ਮੁਤਾਸਰ ਹੈਗਾ ਵਾ, ਉਹਨਾਂ ਦਾ ਇਤਿਹਾਸ ਵੀ ਮੈਂ ਲਿਖਿਆ ਹੈਗਾ ਬੱਬਰਾਂ ਦਾ, ਤੇ ਮੈਂ ਉਹਨਾਂ ਤੋਂ ਬਹੁਤ ਮੁਤਾਸਰ ਹੈਗਾ ਵਾ, ਜਿਨ੍ਹਾਂ ਦੀ ਵਜ੍ਹਾ ਤੋਂ ਮੈਨੂੰ ਸੰਘਰਸ਼ ਕਰਨਾ ਆਪਣੇ ਧਰਮ ਵਾਸਤੇ, ਫਾਈਟ ਕਰਨਾ, ਫਾਈਟ ਦਾ ਮਤਲਬ ਜ਼ਰੂਰੀ ਗਨ ਚੱਕਣਾ ਜਾਂ ਕਿਸੇ ਨੂੰ ਮਾਰ ਦੇਣਾ, ਤੁਸੀਂ ਆਪਣੀ ਕਲਮ ਦੇ ਨਾਲ ਵੀ ਆਪਾਂ ਕਰ ਸਕਦੇ, ਜਿੱਦਾਂ ਤੁਹਾਨੂੰ ਇਤਿਹਾਸ ਦੀ ਗੱਲ ਦੱਸੀ ਹੈ। ਸਿੱਧੂ ਮੂਸੇਵਾਲਾ ਵੀ ਇਹਦੀ ਬੜੀ ਗੱਲ ਕਰਦਾ ਸੀ ਨਾ, ਤਾਂ ਮੌਤ ਤੋਂ ਡਰ ਨਹੀਂ ਲੱਗਦਾ। ਮਰਨਾ ਤੇ ਸਭ ਨੇ ਇੱਕ ਦਿਨ ਹੈਗਾ ਵਾ, ਤੇ ਜੇ ਚੰਗਾ ਕੰਮ ਕਰਕੇ ਬੰਦਾ ਮਰ ਜੇ ਤੇ ਸ਼ਹਾਦਤ ਕਿਉਂ ਕਰ, ਜਿੱਦਾਂ ਇਸਲਾਮ ਧਰਮ ਦੇ ਵਿੱਚ ਸ਼ਹਾਦਤ ਹੈ ਤੇ ਏਦਾਂ ਸਾਡੇ ਧਰਮ ਦੇ ਵਿੱਚ ਵੀ ਸ਼ਹਾਦਤ ਹੈਗੀ। ਅੱਛਾ ਇਹ ਦੱਸੋ ਕਿ ਫਿਲਹਾਲ ਜਿਹੜੀ ਸਾਡੇ ਮੁਲਕ 'ਚ ਸਿਆਸਤ ਦਾ ਬੁਹਰਾਨ ਚੱਲ ਰਿਹਾ, ਪਰ ਜਦ ਜੋ ਵੀ ਸਿਸਟਮ ਹਾਲਾਤ ਚੱਲਦੇ ਪਏ ਨੇ ਵੇਖਿਆ, ਫਿਰ ਖਾਨ ਸਾਹਿਬ ਆਏ, ਖਾਨ ਸਾਹਿਬ ਨੇ ਕੋਰੀਡੋਰ ਬਣਾਇਆ ਔਰ ਸਾਰੀ ਮਿਨੋਰਟੀਜ਼ ਨੂੰ ਉਹਨਾਂ ਨੇ ਬੜਾ ਪਿਆਰ ਕੀਤਾ, ਕ੍ਰਿਸਚਨ ਭਾਈਚਾਰੇ ਨੂੰ, ਹਿੰਦੂ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਉਹਨਾਂ ਨੂੰ ਸੀਟਾਂ ਦਿੱਤੀਆਂ ਵਧੀਆ ਢੰਗ ਦੇ ਨਾਲ, ਅੰਗ ਦੇ ਨਾਲ ਅੰਗ ਲਾ ਕੇ ਖਿਲਾ ਰਿਹਾ, ਇਕੁਐਲਿਟੀ ਦੀ ਗੱਲ ਕੀਤੀ, ਔਰ ਪੜ੍ਹਿਆ ਲਿਖਿਆ ਸਿਆਸਤਦਾਨ ਪਹਿਲੀ ਵਾਰ ਹੁੰਦੇ ਆ, ਇਸ ਕਰਕੇ ਮੈਂ ਪੀਟੀਆਈ ਨੂੰ ਲਾਈਕ ਕਰਦਾ, ਮੈਂ ਖਾਲਸਾ ਨੂੰ ਲਾਈਕ ਕਰਦਾ ਹੈਗਾ, ਖਾਲਸਾ ਨੂੰ ਲਾਈਕ ਕਰਦਾ। ਹਾਂਜੀ, ਕੱਖ ਨੀ ਕੋਈ ਰੱਬ ਇਹਨੂੰ ਵੀ ਚੜ੍ਹਦੀ ਕਲਾ ਚ ਰੱਖੇ, ਅਗਲ ਦਵੇ ਤੇ ਮੇਰੀ ਵਿਸ਼ ਹੈਗੀ ਆ ਕਿ ਇੱਕ ਵਾਰੀ ਫਿਰ ਖਾਲਸਾ ਵੀ ਘੁੰਮ ਲਵੇ। ਅੱਛਾ ਅੱਛਾ ਇਹ ਦੱਸੋ ਜੀ ਕਿ ਇਸਲਾਮ ਵਿੱਚ ਚਾਰ ਸ਼ਾਦੀਆਂ ਜਾਇਜ਼ ਨੇ, ਤੇ ਅਗਰ ਤੁਸੀਂ ਜੋ ਹੈ ਦੂਸਰੀ ਸ਼ਾਦੀ ਕਰਨੀ ਹੋਏ ਤੂੰ ਕਰਾਉਣੀ ਹੈ, ਤੂੰ ਕਰਾਉਣੀ ਹੈ ਪੁੱਛਣ ਲਈ ਆ, ਤੁਸੀਂ ਆਪਣੀ ਬੇਗਮ ਨੂੰ ਇਜਾਜ਼ਤ ਲਵੋ, ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦਾ ਅੱਗੋਂ ਰਿਐਕਸ਼ਨ ਕੀ ਹੋਏਗਾ? ਜਵਾਬ ਪੜਾਣੀ ਇਹਨੂੰ ਰਿਐਕਸ਼ਨ ਪੁੱਛਣ ਲਈ ਚਿੱਤਰ ਪੜਾਣੀ ਮੈਨੂੰ
ਜੁੱਤੀਆਂ ਪਹਿਣਗੀਆਂ, ਬਾਲ ਡਾਂਗ ਵਾਲਾ ਕੁੱਟਣਗੇ ਤੇ ਮੈਂ ਅੱਗੇ ਅੱਗੇ ਟੌਮ ਐਂਡ ਜੈਰੀ ਵੇਖੇ ਨਾ ਕਾਰਟੂਨ, ਉਹ ਮੈਂ ਚੂਹਾ ਬਣ ਜਾਣਾ, ਬਿੱਲੀ ਬਣ ਜਾਣਾ, ਮੈਂ ਅੱਗੇ ਅੱਗੇ ਤੇ ਉਹਨੇ ਪਿੱਛੇ ਪਿੱਛੇ। ਸਹੀ ਹੋ ਗਿਆ। ਅੱਜ ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ? ਔਰ ਮੈਂ ਮਤਲਬ ਕਿ ਵੀਡੀਓਜ਼ ਅਗਰ ਦੇਖਦੇ ਹੁਣ ਮੈਂ ਮੈਡਮ ਮੁਰਜਾ ਜੀ ਨੂੰ ਬਹੁਤ ਲਾਈਕ ਕਰਦਾ ਹੈਗਾ, ਔਰ ਸਹਿਮਾ ਜੀ ਮੈਨੂੰ ਵਧੀਆ ਲੱਗਦੇ ਹੈਗੇ, ਰੱਬ ਉਹਨਾਂ ਨੂੰ ਚੜ੍ਹਦੀ ਕਲਾ ਨਹੀਂ, ਮਾਇਰਾ ਖਾਨ, ਸਭਾ ਕਮਲ, ਸਾਰੇ ਸਾਰੇ ਚੜ੍ਹਦੀ ਕਲਾ ਚ, ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ, ਬਹੁਤ ਸੋਹਣਾ ਕੰਮ ਕੀਤਾ। ਔਰ ਉਹਨਾਂ ਨੇ ਇੰਟਰਨੈਸ਼ਨਲ, ਤੁਸੀਂ ਜਿਨ੍ਹਾਂ ਦਾ ਨਾਂ ਲੈ ਰਹੇ ਹੈਗੇ ਹੋ, ਉਹਨਾਂ ਬਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ, ਬਹੁਤ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ। ਸਾਡੇ ਆ ਮੁੰਡਾ ਬੜਾ ਚੰਗਾ ਹੈਗਾ ਨਾ ਆਪਣਾ, ਮੈਨੂੰ ਉਹਦਾ ਕੰਮ, ਇੱਕ ਤਾਂ ਅਲੀ ਜ਼ਫਰ ਹੈਗਾ, ਇੱਕ ਦੂਜਾ ਫੁਆਦ ਖਾਨ ਨੇ ਬਹੁਤ ਵਧੀਆ ਕੰਮ ਕੀਤਾ, ਔਰ ਬਹੁਤ ਮੈਚੋਰ ਆਰਟਿਸਟ ਹੈ, ਮੈਨੂੰ ਉਹ ਵਧੀਆ ਲੱਗਦਾ ਹੈਗਾ। ਪਹਿਲੀ ਗੱਲ ਜਿੱਦਾਂ ਦੀਆਂ ਮੇਰੀਆਂ ਹਰਕਤਾਂ ਹੈਗੀਆਂ ਨੇ, ਤੇ ਅਗਰ ਹਾਂ ਇਹ ਮੈਂ ਤੁਹਾਨੂੰ ਦੱਸੂਗਾ ਕਿ ਬਾਲੀਵੁੱਡ ਮੇਰੀ ਲਾਈਫ ਦੇ ਉੱਤੇ ਫਿਲਮ ਬਣਾਉਂਦਾ ਪਿਆ ਹੈਗਾ। ਅੱਛਾ ਯਾਰ, ਮਾਸ਼ਾਅੱਲਾ, ਬੜੀ ਚੰਗੀ ਗੱਲ ਹੈ।